ਮਾਂ ਪਿੰਡ ਦੇ ਘਰ ਘਰ ਦੇ ਵਿੱਚ ਜਾ ਕੇ ਨਸ਼ਾ ਮੰਗ ਰਹੀ ਹੁੰਦੀ ਹੈ ਤੇ ਇੱਧਰ ਪੁੱਤ ਆਪਣੇ ਆਪ ਨੂੰ ਖਤਮ ਕਰ ਲੈਂਦਾ। ਮਾਂ ਵੀ ਮੰਗਣ ਲਾ ਦਿੱਤੀ, ਬਸਿਆ ਘਰ ਉਜਾੜ ਦਿੱਤਾ ਜਿਸਨੇ ਮੈਨੂੰ ਜ਼ਿੰਦਗੀ ਦਿੱਤੀ। ਇਹ ਸਾਰਾ ਬੇੜਾ ਗਰਕ ਜੋ ਕੀਤਾ ਹੈਗਾ ਉਹ ਕੀਤਾ ਮੋਬਾਈਲਾਂ ਨੇ। ਬਿਨਾਂ ਵਿਆਹ ਦੇ ਹੀ ਝੂਠੇ ਮੁੱਠੇ ਵਿਆਹ ਕਰ ਲਏ ਜਾਂਦੇ ਨੇ, ਚੂੜੇ ਪਾ ਲਏ ਜਾਂਦੇ ਨੇ, ਪਰ ਬਾਅਦ ਦੇ ਵਿੱਚ ਇਹਨਾਂ ਸਾਰੇ ਰਿਸ਼ਤਿਆਂ ਦਾ ਜੋ ਅੰਤ ਹੁੰਦਾ ਉਹ ਤੁਹਾਨੂੰ ਪਤਾ ਹੀ ਹੈ। ਹੁਣ ਅਸੀਂ ਦੁਨੀਆਂ ਦੇ ਵਿੱਚ ਰਹਿੰਦੇ ਹਾਂ, ਸਾਨੂੰ ਪਤਾ ਹੈ ਕਿ ਨਸ਼ਾ ਹੈਗਾ। ਮੈਨੂੰ ਲੱਗਦੀ ਆ ਥੋੜ ਮੇਰਾ ਹੋਇਆ ਬੁਰਾ ਹਾਲ। ਕੁੜੀ ਅੱਜ ਕੱਲ੍ਹ ਕੁੜੀ ਨੂੰ ਵਿਆਹ ਕੇ ਲਿਆ ਰਹੀ ਹੈ ਅਤੇ ਮੁੰਡਾ ਮੁੰਡੇ ਦੇ ਨਾਲ ਕਿਸ ਤਰ੍ਹਾਂ ਘੁੰਮ ਫਿਰ ਰਿਹਾ ਅਤੇ ਉਹ ਆਪਸੀ ਰਿਸ਼ਤਾ ਬਣਾ ਰਹੇ। ਅਤੇ ਇੱਕ ਹੁਣ ਜਿਹੜੇ ਰੰਧਾਵਾ ਬ੍ਰਦਰਸ ਨੇ ਇਹ ਗਾਣਾ ਕੱਢਿਆ, ਇਹਦੇ ਵਿੱਚ ਪੰਜਾਬ ਦੇ ਵਿੱਚ ਹੋ ਰਹੀਆਂ ਬਹੁਤ ਮਾੜੀਆਂ ਖਬਰਾਂ ਉਹ ਸਾਰੀਆਂ ਦੱਸੀਆਂ। ਬੰਦੇ ਇਕੱਠੇ ਹੁੰਦੇ ਆ ਨਾ ਤੇ ਉਹਦੇ ਵਿੱਚੋਂ 7 ਲੋਕ ਨਸ਼ਾ ਕਰਦੇ ਹੀ ਕਰਦੇ, ਚਾਹੇ ਉਹ ਦਾਰੂ ਹੋਵੇ, ਚਾਹੇ ਛੋਟਾ ਨਸ਼ਾ ਹੋਵੇ, ਚਾਹੇ ਫੀਮ ਹੋਵੇ ਜਾਂ ਕੁਛ ਨਾ ਕੁਛ ਕਰਦੇ ਨੇ। ਸਿਰਫ 3% 3000 ਲੋਕ ਹੁੰਦੇ ਨੇ ਜਿਹੜੇ ਅਸੀਂ ਕਹਿੰਦੇ ਕਿ ਨਹੀਂ ਜੀ ਅਸੀਂ ਨਹੀਂ ਖਾਂਦੇ ਪੀਂਦੇ। ਕਿਸੇ ਵੀ ਦੇਸ਼ ਰਾਜ ਅਤੇ ਮੌਜੂਦਾ ਸਮੇਂ ਦੇ ਹਾਲਾਤਾਂ ਨੂੰ ਸਮਝਣ ਦੇ ਲਈ ਉਸ ਸਮੇਂ ਦੇ ਨਾਲ ਮਿਲਦੇ ਜੁਲਦੇ ਲੋਕਾਂ ਨੂੰ, ਸੰਸਕ੍ਰਿਤੀ ਨੂੰ, ਇਤਿਹਾਸ ਨੂੰ, ਲਿਟਰੇਚਰ ਨੂੰ ਜਾਣਿਆ ਜਾਂਦਾ ਹੈ। ਜੇਕਰ ਆਪਾਂ ਅੱਜ ਕੱਲ੍ਹ ਦੇ ਸਮੇਂ ਦੇ ਪੰਜਾਬ ਦੀ ਗੱਲ ਕਰੀਏ ਤਾਂ ਅੱਜ ਕੱਲ੍ਹ ਜਿਹੋ ਜਿਹੀਆਂ ਫਿਲਮਾਂ ਬਣ ਰਹੀਆਂ ਨੇ, ਗਾਣੇ ਬਣ ਰਹੇ ਨੇ, ਲੇਖ ਲਿਖੇ ਜਾ ਰਹੇ ਨੇ, ਉਹਨਾਂ ਤੋਂ ਹੀ ਪੰਜਾਬ ਦੇ ਹਾਲਾਤਾਂ ਦਾ ਪਤਾ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਇਸ ਸਮੇਂ ਕੀ ਕੁਝ ਚੱਲ ਰਿਹਾ। ਭਾਵੇਂ ਸਰਕਾਰਾਂ ਕੁਝ ਵੀ ਕਹਿੰਦੀਆਂ ਹੋਣ, ਸਰਕਾਰਾਂ ਕੁਝ ਗੱਲਾਂ ਮੰਨਣ ਤੱਕ ਨੂੰ ਤਿਆਰ ਨਹੀਂ ਕਿ ਪੰਜਾਬ ਦੇ ਇਹੋ ਜਿਹੇ ਹਾਲਾਤ ਨੇ, ਪਰ ਜਦੋਂ ਇਹ ਸਭ ਕੁਝ ਬਿਆਨ ਕੀਤਾ ਜਾਂਦਾ ਹੈ ਕਿਸੇ ਗਾਣੇ ਦੇ ਥਰੂ, ਗਾਣੇ ਦੇ ਰਾਹੀਂ ਉਸਦੇ ਵਿੱਚ ਬੋਲ ਇਹੋ ਜਿਹੇ ਲਏ ਜਾਣ ਅਤੇ ਪੂਰੀ ਵੀਡੀਓ ਬਣਾਈ ਜਾਵੇ ਬਕਾਇਦਾ, ਤਾਂ ਉਸ ਨੂੰ ਲੈ ਕੇ ਲੋਕ ਸਹਿਮਤੀ ਪ੍ਰਗਟ ਕਰਦੇ ਨੇ ਕਿ ਹਾਂ ਬਿਲਕੁਲ ਇਹੋ ਜਿਹੇ ਹਾਲਾਤ ਪੰਜਾਬ ਦੇ ਵਿੱਚ ਬਣੇ ਹੋਏ ਨੇ। ਇੱਕ ਗਾਣਾ ਇਸ ਸਮੇਂ ਕਾਫੀ ਜ਼ਿਆਦਾ ਮਸ਼ਹੂਰ ਹੋ ਰਿਹਾ ਹੈ ਜਿਸ ਦੇ ਵਿੱਚ ਦੋ ਭਰਾਵਾਂ ਦੇ ਵੱਲੋਂ ਇਹ ਗਾਇਆ ਗਿਆ ਗਾਣਾ 7 ਮਿੰਟ ਦਾ ਇਹ ਗਾਣਾ ਹੈ, ਜਿਸ ਦੇ ਵਿੱਚ ਉਹਨਾਂ ਨੇ ਪੰਜਾਬ ਦੇ ਕੁਝ ਉਹਨਾਂ ਮੁੱਦਿਆਂ ਨੂੰ ਛੇੜਨ ਦੀ ਕੋਸ਼ਿਸ਼ ਕੀਤੀ ਹੈ, ਉਹਨਾਂ ਮੁੱਦਿਆਂ ਬਾਰੇ ਗੱਲ ਕੀਤੀ ਹੈ ਇਸ ਦੇ ਵਿੱਚ ਜੋ ਕਿ ਬੇਹੱਦ ਹੀ ਗੰਭੀਰ ਨੇ। ਉਹ ਗੱਲ ਕਰਦੇ ਨੇ ਕਿ ਕੁੜੀ ਅੱਜ ਕੱਲ੍ਹ ਕੁੜੀ ਨੂੰ ਵਿਆਹ ਕੇ ਲਿਆ ਰਹੀ ਹੈ ਅਤੇ ਮੁੰਡਾ ਮੁੰਡੇ ਦੇ ਨਾਲ ਕਿਸ ਤਰ੍ਹਾਂ ਘੁੰਮ ਫਿਰ ਰਿਹਾ ਅਤੇ ਉਹ ਆਪਸੀ ਰਿਸ਼ਤਾ ਬਣਾ ਰਹੇ ਨੇ। ਹਾਲਾਂਕਿ ਸਭ ਕੁਝ ਉਹਨਾਂ ਦੀ ਮਰਜ਼ੀ ਹੈ, ਪਰ ਫਿਰ ਵੀ ਇਸ ਗਾਣੇ ਦੇ ਵਿੱਚ ਇਹ ਵੀ ਦਿਖਾਇਆ ਗਿਆ ਕਿ ਕੁਝ ਲੋਕ ਲਿਵਿੰਗ ਦੇ ਵਿੱਚ ਰਹਿੰਦੇ ਨੇ, ਬਿਨਾਂ ਵਿਆਹ ਦੇ ਹੀ ਝੂਠੇ ਮੁੱਠੇ ਵਿਆਹ ਕਰ ਲਏ ਜਾਂਦੇ ਨੇ, ਚੂੜੇ ਪਾ ਲਏ ਜਾਂਦੇ ਨੇ, ਪਰ ਬਾਅਦ ਦੇ ਵਿੱਚ ਇਹਨਾਂ ਸਾਰੇ ਰਿਸ਼ਤਿਆਂ ਦਾ ਜੋ ਅੰਤ ਹੁੰਦਾ ਉਹ ਤੁਹਾਨੂੰ ਪਤਾ ਹੀ ਹੈ। ਕੁਝ ਉਹ ਵੀ ਦੇਖਿਆ ਗਿਆ ਹੈ ਕਿ ਪੰਜਾਬ ਦੇ ਵਿੱਚ ਲੋਕ ਇੱਕ ਦੂਸਰੇ ਦੇ ਨਾਲ ਨਫ਼ਰਤ ਕਰਦੇ ਜਾ ਰਹੇ ਨੇ, ਵਧਦੀ ਜਾ ਰਹੀ ਹੈ ਅਤੇ ਪਾਖੰਡੀ ਬਾਬਿਆਂ ਦੇ ਪਿੱਛੇ ਲੱਗੇ ਹੋਏ ਨੇ। ਲਖਵਿੰਦਰ, ਤੁਹਾਨੂੰ ਲੱਗਦਾ ਹੈ ਕਿ ਜਿਹੜਾ ਕੁਛ ਵੀ ਇਸ ਗਾਣੇ ਦੇ ਵਿੱਚ ਦਿਖਾਇਆ ਗਿਆ ਉਹ ਸਭ ਕੁਛ ਪੰਜਾਬ ਦੇ ਅਸਲ ਹਾਲਾਤ ਨੇ, ਲੋਕ ਇਹਨਾਂ ਦੇ ਨਾਲ ਜੂਝ ਰਹੇ ਨੇ? ਪੰਜਾਬ ਦੇ ਵਿੱਚ ਇਹ ਇੱਦਾਂ ਦੀਆਂ ਬਹੁਤ ਸਾਰੀਆਂ ਖਬਰਾਂ ਆ ਰਹੀਆਂ। ਤੁਸੀਂ ਦੇਖਦੇ ਹੋ ਕਿ ਕਦੀ ਇੱਕ ਇਹੋ ਜਿਹੀ ਖਬਰ ਵੀ ਆਈ ਸੀ ਕਿ ਜਿਹਦੇ ਵਿੱਚ ਤੁਸੀਂ ਦੇਖਿਆ ਕਿ ਆਪਣੇ ਬੱਚੇ ਦੀ ਬਲੀ ਤੱਕ ਦੇ ਦਿੰਦੇ ਨੇ, ਬਾਬੇ ਦੇ ਕਹਿਣ 'ਤੇ ਆਪਣੇ ਬੱਚੇ ਦੀ ਬਲੀ ਤੱਕ ਦੇ ਦਿੰਦੇ ਨੇ। ਇਸ ਤੋਂ ਵੱਡੀ ਜ਼ਿਆਦਾ ਅੰਧ ਵਿਸ਼ਵਾਸ ਹੋਰ ਕੀ ਹੋ ਸਕਦਾ? ਹੋਰ ਵੀ ਜਿੱਦਾਂ ਤੁਸੀਂ ਦੱਸਿਆ ਕਿ ਗਾਣੇ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਦੱਸੀਆਂ ਗਈਆਂ, ਹਾਂ ਉਹ ਪੰਜਾਬ ਦੇ ਵਿੱਚ ਨਹੀਂ, ਲੇਕਿਨ ਹੋਰ ਵੀ ਬਹੁਤ ਜ਼ਿਆਦਾ ਜਗ੍ਹਾ ਦੇ ਵਿੱਚ ਪੂਰੇ ਦੁਨੀਆਂ ਦੇ ਵਿੱਚ ਇਹੋ ਜਿਹੀ ਚੀਜ਼ਾਂ ਆਉਂਦੀਆਂ ਨੇ, ਲੇਕਿਨ ਹੁਣ
ਪਹਿਲਾਂ ਕੀ ਹੁੰਦਾ ਸੀ, ਪਹਿਲਾਂ ਪੰਜਾਬ ਦੇ ਵਿੱਚ ਇਹ ਚੀਜ਼ਾਂ ਬਹੁਤ ਘੱਟ ਹੁੰਦੀਆਂ ਸੀਗੀਆਂ, ਹੁਣ ਪੰਜਾਬ ਦੇ ਵਿੱਚ ਵੀ ਇਹ ਚੀਜ਼ਾਂ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਹੀਆਂ। ਅਸੀਂ ਦੇਖਦੇ ਹਾਂ ਕਿ ਰੋਜ਼ ਕੋਈ ਨਾ ਕੋਈ ਇਹੋ ਜਿਹੀ ਖਬਰ ਆਈ ਹੁੰਦੀ ਹੈ, ਕਦੀ ਇਹਨੇ ਉਸਨੂੰ ਕੁਛ ਕਹਿ ਦਿੱਤਾ ਜਾਂ ਕੁਛ ਇਹੋ ਜਿਹੀ ਗੱਲਾਂ ਕਿ ਮੋਬਾਈਲ ਕਰਕੇ ਚ ਮੋਬਾਈਲ ਦੇ ਵਿੱਚ ਲੱਗੇ ਰਹਿੰਦੇ ਨੇ, ਹੋਰ ਕੋਈ ਕੰਮ ਨਹੀਂ ਕਰਦੇ, ਬਾਹਰ ਜਾ ਕੇ ਗੇਮਾਂ ਨਹੀਂ ਖੇਡਦੇ ਜਾਂ ਕੋਈ ਹੋਰ ਕੋਈ ਖੇਡ ਨਹੀਂ ਖੇਡਦੇ, ਤਾਂ ਕਰਕੇ ਪੰਜਾਬ ਦੇ ਵਿੱਚ ਪਹਿਲਾਂ ਨਾਲੋਂ ਅਤੇ ਹੁਣ ਦੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਫਰਕ ਜਿਹੜਾ ਹੈਗਾ ਨਾ ਉਹ ਆ ਗਿਆ ਹੋਇਆ। ਅਤੇ ਇਹ ਅਸੀਂ ਦੱਸਿਆ ਕਿ ਕੁੜੀਆਂ ਅਤੇ ਕੁੜੀਆਂ ਵਿਆਹ ਕਰਾ ਰਹੀਆਂ, ਮੁੰਡੇ ਮੁੰਡੇ ਵਿਆਹ ਕਰਵਾ ਰਹੇ ਨੇ, ਇਹ ਚੀਜ਼ਾਂ ਵੀ ਹੁਣ ਇਹ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਹੀ, ਪਹਿਲਾਂ ਇਹ ਚੀਜ਼ਾਂ ਨਹੀਂ ਹੁੰਦੀਆਂ ਸੀਗੀਆਂ ਪੰਜਾਬ ਦੇ ਵਿੱਚ, ਤਾਂ ਬਿਲਕੁਲ ਹੀ ਨਹੀਂ ਸੀਗੀਆਂ, ਹੁਣ ਪੰਜਾਬ ਦੇ ਵਿੱਚ ਵੀ ਚੀਜ਼ਾਂ ਆਉਣ ਲੱਗ ਪਈਆਂ। ਇਹ ਸਾਰਾ ਬੇੜਾ ਗਰਕ ਜੋ ਕੀਤਾ ਹੈਗਾ ਉਹ ਕੀਤਾ ਮੋਬਾਈਲਾਂ ਨੇ, ਠੀਕ ਹੈ, ਮੋਬਾਈਲਾਂ ਨੇ ਇੰਨਾ ਜ਼ਿਆਦਾ ਬੇੜਾ ਗਰਕ ਕਰਤਾ ਹੈ ਕਿ ਤੁਸੀਂ ਦੇਖ ਸਕਦੇ ਹੋ ਕਿ ਦੋ ਤਿੰਨ ਖਬਰਾਂ ਪਹਿਲਾਂ ਵੀ ਆਈਆਂ ਸੀਗੀਆਂ, ਮੋਬਾਈਲ ਕਰਕੇ ਲੋਕ ਪਬਜੀ ਖੇਡਦੇ ਖੇਡਦੇ ਕਈਆਂ ਦੀ ਮੌਤ ਚਲੀ ਗਈ, ਕਈਆਂ ਦੇ ਕਰੋੜਾਂ ਦੀ ਠੱਗੀ ਹੋ ਗਈ। ਤਾਂ ਕਰਕੇ ਅਸੀਂ ਤਾਂ ਇਹੀ ਲੋਕਾਂ ਨੂੰ ਸਲਾਹ ਦਿੰਦੇ ਹਾਂ ਕਿ ਆਪਣੇ ਬੱਚਿਆਂ ਨੂੰ ਜਿੰਨਾ ਹੋ ਸਕੇ ਮੋਬਾਈਲ ਤੋਂ ਦੂਰ ਰੱਖੋ। ਹਾਂ, ਜੇ ਮੋਬਾਈਲ ਤੁਸੀਂ ਦੇਣਾ ਵੀ ਹੈ ਤਾਂ ਟਾਈਮ ਟੂ ਟਾਈਮ ਦਿਓ, ਤਾਂ ਉਹੀ ਚੀਜ਼ ਦਿਖਾਉਣ ਦੀ ਕੋਸ਼ਿਸ਼ ਕਰੋ ਜਿਹੜੀ ਤੁਸੀਂ ਦਿਖਾਉਣਾ ਚਾਹੁੰਦੇ ਹੋ, ਬੱਚਿਆਂ ਨੂੰ ਫਰੀ ਹੈਂਡ ਨਾ ਦਿਓ। ਅੱਜ ਕੱਲ੍ਹ ਕੀ ਹੁੰਦਾ ਕਿ ਜੰਮਦੇ ਬੱਚੇ ਨੂੰ ਤੁਸੀਂ ਕਹਿੰਦੇ ਹੋ ਕਿ ਤਾਂ ਅਸੀਂ ਨਵਾਂ ਮੋਬਾਈਲ ਲੈ ਦਾਂਗੇ ਕਿਉਂਕਿ ਇਹ ਸਾਡਾ ਮੋਬਾਈਲ ਲੈ ਰਿਹਾ, ਠੀਕ ਹੈ, ਤਾਂ ਕਰਕੇ ਤੁਸੀਂ ਆਪਣੀ ਲਾਈਫ ਡਿਸਟਰਬ ਨਾ ਹੋਣ ਕਰਕੇ ਤੁਸੀਂ ਬੱਚੇ ਨੂੰ ਆਪਣਾ ਦੂਸਰਾ ਮੋਬਾਈਲ ਖਰੀਦ ਕੇ ਦੇ ਦਿੰਦੇ ਹੋ। ਤਾਂ ਕਰਕੇ ਮੇਰੇ ਹਿਸਾਬ ਨਾਲ ਕਿ ਇਹ ਸਾਰੀ ਚੀਜ਼ਾਂ ਨੂੰ ਰੋਕਿਆ ਜਾ ਸਕਦਾ, ਜੇ ਅਸੀਂ ਹੁਣੇ ਇਸ ਚੀਜ਼ ਨੂੰ ਰੋਕੀਏ ਨਾ ਤਾਂ ਹੁਣੇ ਰੋਕਿਆ ਜਾ ਸਕਦਾ, ਲੇਕਿਨ ਬਾਅਦ ਦੇ ਵਿੱਚ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਉਹਨਾਂ ਨੂੰ ਤਾਂ ਇਹ ਸਾਰੀਆਂ ਚੀਜ਼ਾਂ ਸਹੀ ਲੱਗਣੀਆਂ। ਔਨਲਾਈਨ ਗੇਮਾਂ ਦੀ ਤੁਸੀਂ ਗੱਲ ਕੀਤੀ ਹੈ ਕਿ ਬੱਚੇ ਖੇਡਦੇ ਨੇ, ਪਰ ਬਹੁਤੀਆਂ ਖਬਰਾਂ ਉਹ ਵੀ ਆਈਆਂ ਨੇ ਜਿੱਥੇ ਸਿਰਫ ਬੱਚੇ ਨਹੀਂ ਸਗੋਂ ਵੱਡੇ ਵੀ ਔਨਲਾਈਨ ਗੇਮਾਂ ਖੇਡਦੇ ਨੇ, ਠੱਗੀ ਦਾ ਸ਼ਿਕਾਰ ਵੀ ਹੋਏ ਨੇ ਅਤੇ ਕੁਝ 'ਤੇ ਤਾਂ ਅਫੇਅਰ ਵੀ ਸ਼ੁਰੂ ਹੋ ਜਾਂਦੇ ਨੇ। ਕਿੰਨੀਆਂ ਹੀ ਵਿਆਹੁਤਾ ਔਰਤਾਂ ਔਨਲਾਈਨ ਗੇਮ ਦੇ ਥਰੂ ਘਰੋਂ ਚਲੀਆਂ ਜਾਂਦੀਆਂ ਨੇ, ਕਿੰਨੇ ਹੀ ਵਿਆਹੇ ਹੋਏ ਮੁੰਡੇ ਕਿਸੇ ਹੋਰ ਕੁੜੀ ਦੇ ਸੰਪਰਕ ਦੇ ਵਿੱਚ ਆਉਂਦੇ ਨੇ, ਆਪਣੀ ਪਤਨੀ ਅਤੇ ਬੱਚਿਆਂ ਤੱਕ ਨੂੰ ਛੱਡ ਜਾਂਦੇ ਨੇ, ਘਰ ਬਾਰ ਵੀ ਛੱਡ ਦਿੰਦੇ ਨੇ ਆਪਣਾ। ਇਹ ਤਾਂ ਬਹੁਤ ਦੂਰ ਦੀ ਗੱਲ ਹੈ, ਪਾਕਿਸਤਾਨ ਤੋਂ ਸੀਮਾ ਹੈਦਰ ਆ ਗਈ, ਪਬਜੀ ਖੇਡਦੇ ਖੇਡਦੇ ਆਪਣਾ ਸਾਰਾ ਘਰ ਬਾਰ ਛੱਡ ਕੇ ਇੱਥੇ ਆ ਗਏ, ਅਤੇ ਹੁਣ ਇੱਥੇ ਆ ਕੇ ਮੋਬਾਈਲ ਦੇ ਵਿੱਚ ਹੀ ਰੀਲਾਂ ਰੂਲਾਂ ਬਣਾ ਰਹੇ ਨੇ ਅਤੇ ਇੱਧਰ ਉੱਧਰ ਦੀਆਂ ਜਿਹੜੀਆਂ ਵੀਡੀਓ ਬਣਾ ਕੇ ਤੁਸੀਂ ਪਾ ਰਹੇ ਹੋ। ਮਤਲਬ ਕਿ ਤੁਸੀਂ ਕਿਤੇ ਨਾ ਕਿਤੇ ਇਹ ਚਾਹੁੰਦੇ ਸੀਗੇ ਕਿ ਮੇਰਾ ਫਿਊਚਰ ਪਾਕਿਸਤਾਨ ਦੇ ਵਿੱਚ ਨਹੀਂ ਹੈ, ਅਸੀਂ ਭਾਰਤ ਆ ਕੇ ਇਸ ਫਿਊਚਰ ਬਣਾਉਂਦੇ ਹਾਂ। ਮਤਲਬ ਕਿਤੇ ਨਾ ਕਿਤੇ ਤੁਸੀਂ ਆਪਣੀ ਪੂਰੀ ਫਿਊਚਰ ਪਲੈਨਿੰਗ ਕਰਕੇ ਹੀ ਇਹ ਸਾਰੀ ਚੀਜ਼ਾਂ ਕਰ ਰਹੇ ਹੋ। ਪਰ ਔਨਲਾਈਨ ਗੇਮਾਂ ਦਾ ਜੇ ਆਪਾਂ ਫੋਨ ਦਾ ਹੀ ਦੁਰਵਰਤੋਂ ਲਗਾ ਲਈਏ ਤਾਂ ਸਿਰਫ ਬੱਚੇ ਨਹੀਂ ਕਰ ਰਹੇ, ਵੱਡੇ ਵੀ ਇਸ ਦੀ ਦੁਰਵਰਤੋਂ ਕਰ ਰਹੇ ਨੇ, ਕੁੜੀਆਂ ਮੁੰਡੇ ਵਿਆਹੁਤਾ ਔਰਤਾਂ, ਇੱਥੋਂ ਤੱਕ ਕਿ ਬਜ਼ੁਰਗ ਵੀ। ਅੱਜ ਕੱਲ੍ਹ ਜਦੋਂ ਆਪਾਂ ਕੰਟੈਂਟ ਨੂੰ ਦੇਖਦੇ ਹਾਂ ਕਿ ਕਿਹੋ ਜਿਹਾ ਕੰਟੈਂਟ ਵਾਇਰਲ ਹੋ ਰਿਹਾ, ਅਤੇ ਬਹੁਤੇ ਲੋਕ ਉਹੀ ਨੇ ਜਿਹੜੇ ਕਿ ਚੀਜ਼ਾਂ ਨੂੰ ਦੇਖ ਰਹੇ ਨੇ, ਇਸੇ ਕਰਕੇ ਉੱਥੇ ਵਿਊਜ਼ ਆ ਰਹੇ ਨੇ। ਅਤੇ ਫੋਨ ਬਜ਼ੁਰਗਾਂ ਦੇ ਕੋਲ ਵੀ ਨੇ, ਜੇਕਰ ਆਪਾਂ ਇੱਕ ਡਾਟਾ ਐਨਾਲਾਈਜ਼ ਕਰੀਏ ਤਾਂ ਉਹਦੇ ਵਿੱਚ ਇਹ ਗੱਲ ਵੀ ਨਿਕਲ ਕੇ ਸਾਹਮਣੇ ਆਈ ਕਿ ਜਿਹੜੇ ਬਜ਼ੁਰਗ ਨੇ ਉਹ ਵਾਲਾ ਡਾਟਾ ਦੇਖ ਰਹੇ ਨੇ ਜਿਹੜੇ ਉਹਨਾਂ ਨੇ ਕਦੇ ਗੱਲਬਾਤ ਨਹੀਂ ਕੀਤੀ, ਜਿਨ੍ਹਾਂ ਤੋਂ ਆਪਣੇ ਬੱਚਿਆਂ ਨੂੰ ਰੋਕਦੇ ਆਏ ਨੇ, ਜਿਹੜੇ ਕਿ ਪਹਿਲੇ ਸਮਿਆਂ ਦੇ ਵਿੱਚ ਉਹ ਵਰਜਦੇ ਸੀ ਜਾਂ ਫਿਰ ਉਸਨੂੰ ਮਾੜਾ ਮੰਨਿਆ ਜਾਂਦਾ ਸੀ। ਅਤੇ ਇੰਨਾ ਜ਼ਿਆਦਾ ਉਥਲ ਪੁਥਲ ਹੋ ਚੁੱਕਿਆ, ਦੁਨੀਆ ਪੂਰੀ ਤਰ੍ਹਾਂ ਦੇ ਨਾਲ ਹਿੱਲ ਚੁੱਕੀ ਹੈ ਕਹਿ ਸਕਦੇ ਹਾਂ। ਸਕੂਲਾਂ ਦੇ ਵਿੱਚ ਜਿਹੜੇ ਬੱਚੇ ਜਾਂਦੇ ਨੇ ਉਹਨਾਂ ਦੇ ਨਾਲ ਉਹਨਾਂ ਦੇ ਹੈੱਡ ਮਾਸਟਰ, ਉਹਨਾਂ ਦੇ ਟੀਚਰਸ ਇਹੋ ਜਿਹੀਆਂ ਹਰਕਤਾਂ ਕਰਦੇ ਨੇ ਕਿ ਬੱਚੇ ਘਰ ਆ ਕੇ ਦੱਸਦੇ ਨੇ, ਇਹੋ ਜਿਹੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਨੇ। ਤਾਂ ਪੰਜਾਬ ਦੇ ਵਿੱਚ ਉਹ ਕੁਝ ਵਾਪਰ ਰਿਹਾ ਜੋ ਕਿਸੇ ਨੇ ਕਦੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਸੀ। ਇੱਕ ਹੋਰ ਗਾਣਾ ਇਸ ਦੇ ਨਾਲ ਹੀ, ਛੋਟਾ ਜਿਹਾ ਗਾਣਾ ਉਹ, ਪਰ ਉਸਦੇ ਵਿੱਚ ਬੜੀ ਹੀ ਮੀਨਿੰਗਫੁਲ ਅਤੇ ਵੱਡੀਆਂ ਗੱਲਾਂ ਕੀਤੀਆਂ ਗਈਆਂ ਨੇ। ਇੱਕ ਮੁੰਡਾ ਜੋ ਕਿ ਆਪਣੀ ਮਾਂ ਦਾ ਲਾਡਲਾ ਪੁੱਤ ਸੀ, ਜਦੋਂ ਪੜ੍ਹਦਾ ਹੁੰਦਾ ਸੀ ਤਾਂ ਸ਼ਰੀਫ ਸੀ, ਖਾਂਦਾ ਪੀਂਦਾ, ਬਾਹਰ ਦੀਆਂ ਚੀਜ਼ਾਂ ਨਹੀਂ ਸੀ ਕੁਝ ਵੀ ਗਲਤ, ਪਰ ਹੁਣ ਉਹ ਉਸਨੂੰ ਚਿੱਟੇ ਦੀ ਲੱਤ ਲੱਗ ਗਈ ਸੀ। ਚਿੱਟੇ ਦੀ ਜਦੋਂ ਉਸਨੂੰ ਆਦਤ ਪਈ
ਤਾਂ ਇਸ ਘਰ ਦੇ ਵਿੱਚ ਦੋਵੇਂ ਜਾਣੇ ਬੇਬਸ ਦਿਖੇ। ਮਾਂ ਤਾਂ ਬੇਬਸ ਹੋ ਹੀ ਗਈ ਕਿ ਉਸਦਾ ਪੁੱਤ ਕਿਹੜੇ ਹਾਲਾਤਾਂ ਦੇ ਵਿੱਚ ਹੈ, ਪਰ ਪੁੱਤ ਵੀ ਬੇਬਸ ਸੀ ਇੱਥੇ ਕਿ ਮੈਨੂੰ ਚਿੱਟੇ ਦੀ ਲੱਤ ਲੱਗ ਗਈ ਹੈ ਅਤੇ ਮੈਂ ਆਪਣੀ ਮਾਂ ਨੂੰ ਤੰਗ ਪਰੇਸ਼ਾਨ ਕਰ ਰਿਹਾ, ਮੈਂ ਆਪਣੀ ਮਾਂ ਨੂੰ ਦੁਖੀ ਕਰ ਰਿਹਾ। ਕਦੇ ਉਹ ਆਪਣੀ ਮਾਂ ਨੂੰ ਸੰਗਲ ਲਿਆ ਕੇ ਫੜਾਉਂਦਾ ਕਿ ਮੈਨੂੰ ਮਾਂ ਬੰਨ ਦੇ, ਕਦੇ ਕਹਿੰਦਾ ਹੈ ਕਿ ਮੈਨੂੰ ਗੋਲੀ ਮਾਰ ਦੇ, ਕਦੇ ਕਹਿੰਦਾ ਕਿ ਮੈਨੂੰ ਮਾਰ ਹੀ ਦੇ, ਮੈਂ ਇਸ ਦੁਨੀਆਂ ਤੋਂ ਹੀ ਚਲਾ ਜਾਵਾਂ ਕਿਉਂਕਿ ਮੈਂ ਤੈਨੂੰ ਵੀ ਦੁਖੀ ਕਰ ਰਿਹਾ ਅਤੇ ਆਪ ਵੀ ਦੁਖੀ ਹਾਂ। ਅਤੇ ਉਸ ਗਾਣੇ ਦਾ ਅੰਤ ਜੇਕਰ ਦੇਖੀਏ ਤਾਂ ਉਹ ਕੁਝ ਇਸ ਤਰ੍ਹਾਂ ਕੀਤਾ ਗਿਆ ਕਿ ਹਾਰ ਕੇ ਮਜਬੂਰ ਹੋ ਕੇ ਮਾਂ ਆਪਣੇ ਪੁੱਤ ਨੂੰ ਬੰਨ ਦਿੰਦੀ ਹੈ ਅਤੇ ਉਸਨੂੰ ਬੰਨ ਕੇ ਖੁਦ ਰੋਂਦੀ ਫਿਰਦੀ ਹੈ, ਪਰ ਫਿਰ ਵੀ ਉਹ ਪੁੱਤ ਇਹੀ ਕਹਿੰਦਾ ਕਿ ਮੈਨੂੰ ਕਿਤੋਂ ਨਸ਼ਾ ਲਿਆ ਦੇ। ਮਾਂ ਪਿੰਡ ਦੇ ਘਰ ਘਰ ਦੇ ਵਿੱਚ ਜਾ ਕੇ ਨਸ਼ਾ ਮੰਗ ਰਹੀ ਹੁੰਦੀ ਹੈ ਅਤੇ ਇੱਧਰ ਪੁੱਤ ਆਪਣੇ ਆਪ ਨੂੰ ਖਤਮ ਕਰ ਲੈਂਦਾ। ਇਸ ਗਾਣੇ ਦੇ ਵਿੱਚ ਨਸ਼ੇ ਦੇ ਚੱਲਦੇ ਹੋਏ ਦੋਹਾਂ ਧਿਰਾਂ ਦੀ ਬੇਬਸੀ ਦਿਖਾਈ ਗਈ ਅਤੇ ਅੰਤ ਦੇ ਵਿੱਚ ਦੋਵੇਂ ਜਾਣੇ ਖਤਮ ਹੋ ਜਾਂਦੇ ਨੇ ਅਤੇ ਘਰ ਦੇ ਵਿੱਚ ਜਵਾਨ ਧੀ ਕਦੇ ਆਪਣੇ ਭਰਾ ਵੱਲ ਭੱਜਦੀ ਹੈ ਅਤੇ ਕਦੇ ਆਪਣੀ ਮਾਂ ਦੇ ਵੱਲ। ਇਹ ਜਿਹੜੇ ਹਾਲਾਤ ਨੇ, ਸਰਕਾਰਾਂ ਕਹਿੰਦੀਆਂ ਨੇ ਕਿ ਨਹੀਂ ਜੀ ਕੁਛ ਵੀ ਨਹੀਂ ਹੈਗਾ, ਪੁਲਿਸ ਵਾਲੇ ਕਹਿੰਦੇ ਨੇ ਅਸੀਂ ਐਕਸ਼ਨ ਮੋਡ ਦੇ ਵਿੱਚ ਹਾਂ, ਅਸੀਂ ਟੀਮਾਂ ਗਠਿਤ ਕਰ ਲਈਆਂ, ਅਸੀਂ ਜਿਹੜੀ ਸੰਪੱਤੀ ਉਹਨਾਂ ਦੀ ਉਹ ਜ਼ਬਤ ਕਰ ਦਿੱਤੀ, ਪਰ ਫਿਰ ਵੀ ਇਹ ਹਾਲਾਤਾਂ ਦੀ ਸੱਚਾਈ ਤੋਂ ਤਾਂ ਲੁਕਿਆ ਨਹੀਂ ਜਾ ਸਕਦਾ ਲਖਵਿੰਦਰ। ਜੇ ਰੀਅਲ ਲਾਈਫ ਅਸੀਂ ਦੇਖੀਏ ਇਹ ਚੀਜ਼ਾਂ ਹੈਗੀਆਂ, ਜ਼ਿਆਦਾ ਨਹੀਂ ਤਾਂ 10% ਤਾਂ ਜੇ ਲੋਕ ਹੈਗੇ, ਲੇਕਿਨ ਅਸੀਂ ਜੇ ਅਸੀਂ ਇਹ ਸਾਰੇ ਗਾਣੇ ਦੇ ਵਿੱਚ ਨਸ਼ੇ ਦਾ ਦੌਰ ਹੀ ਦਿਖਾਇਆ ਗਿਆ ਕਿ ਨਸ਼ੇ ਦੇ ਵਿੱਚ ਕਿਵੇਂ ਮੁੰਡਾ ਲੱਗਦਾ ਅਤੇ ਫਿਰ ਬਾਅਦ ਦੇ ਵਿੱਚ ਕਹਿੰਦਾ ਕਿਵੇਂ ਬਰਬਾਦ ਕਰ ਲੈਂਦਾ ਅਤੇ ਬਾਅਦ ਕੋਸ਼ਿਸ਼ ਵੀ ਕਰਦਾ ਹੈ ਕਿ ਮੈਂ ਇਸ ਤੋਂ ਪਿੱਛੇ ਹਟ ਜਾਵਾਂ, ਪਰ ਉਹ ਚੀਜ਼ ਇੰਨੀ ਅੱਗੇ ਨਿਕਲ ਜਾਂਦੀ ਹੈ ਕਿ ਉਹ ਪਿੱਛੇ ਨਹੀਂ ਹਟ ਸਕਦਾ। ਠੀਕ ਹੈ, ਉਹਨੂੰ ਆਖਿਰਕਾਰ ਆਪਣੀ ਜਾਨ ਹੀ ਦੇਣੀ ਪੈਂਦੀ ਹੈ। ਅਤੇ ਇੱਦਾਂ ਦੇ ਮਤਲਬ ਕਿ ਹੁਣ ਅਸੀਂ ਦੁਨੀਆਂ ਦੇ ਵਿੱਚ ਰਹਿੰਦੇ ਹਾਂ, ਸਾਨੂੰ ਪਤਾ ਹੈ ਕਿ ਨਸ਼ਾ ਹੈਗਾ ਹੈ, ਨਸ਼ਾ ਹੈਗਾ, ਲੇਕਿਨ 10% ਇਹੋ ਜਿਹੇ ਲੋਕ ਨੇ ਜਿਹੜੇ ਕਿ ਬੇਫਿਕਸ ਕੁਛ ਕੰਮ ਨਹੀਂ ਕਰਦੇ, ਸਿਰਫ ਨਸ਼ਾ ਹੀ ਕਰ ਸਕਦੇ, ਨਸ਼ਾ ਹੀ ਕਰਦੇ ਨੇ ਸਿਰਫ, ਉਹ ਇੱਕ ਵੱਖਰੀ ਗੱਲ ਹੈ। ਲੇਕਿਨ ਅਸੀਂ ਜੇ ਅਸੀਂ ਦੁਨੀਆਂ ਦੇ ਵਿੱਚ ਜਾਈਏ, ਅਸੀਂ ਲੋਕਾਂ ਦੇ ਵਿੱਚ ਰਹਿੰਦੇ ਹਾਂ, ਤਾਂ ਅਸੀਂ ਦੇਖਦੇ ਹਾਂ ਕਿ ਜੇ ਅਸੀਂ 10 ਬੰਦੇ ਇਕੱਠੇ ਹੁੰਦੇ ਹਾਂ ਨਾ, ਤਾਂ ਉਹਦੇ ਵਿੱਚੋਂ 7 ਲੋਕ ਨਸ਼ਾ ਕਰਦੇ ਹੀ ਕਰਦੇ, ਚਾਹੇ ਉਹ ਦਾਰੂ ਹੋਵੇ, ਚਾਹੇ ਛੋਟਾ ਨਸ਼ਾ ਹੋਵੇ, ਚਾਹੇ ਫੀਮ ਹੋਵੇ ਜਾਂ ਕੁਛ ਨਾ ਕੁਛ ਕਰਦੇ ਨੇ। ਸਿਰਫ 3% 3,000 ਲੋਕ ਹੁੰਦੇ ਨੇ ਜਿਹੜੇ ਅਸੀਂ ਕਹਿੰਦੇ ਕਿ ਨਹੀਂ ਜੀ ਅਸੀਂ ਨਹੀਂ ਖਾਂਦੇ ਪੀਂਦੇ, ਅਸੀਂ ਹੋ ਸਕਦਾ ਕਿ ਉਹ ਚੋਰੀ ਛੁੱਪ ਕੇ ਖਾਂਦੇ ਹੋਣ ਜਾਂ ਫਿਰ ਅਲੱਗ ਹੋ ਕੇ ਖਾਂਦੇ ਹੋਣ, ਲੇਕਿਨ ਜੇ ਅਸੀਂ ਐਵੇਂ 10 ਲੋਕਾਂ ਦੀ ਗੱਲ ਕਰਦੇ ਹਾਂ, ਉਹਦੇ ਵਿੱਚੋਂ 7 ਲੋਕ ਇਹੋ ਜਿਹੇ ਹੁੰਦੇ ਨੇ ਜਿਹੜੇ ਨਸ਼ਾ ਕਰ ਰਹੇ ਹੁੰਦੇ ਨੇ ਅਤੇ 3 ਲੋਕ ਹੁੰਦੇ ਨੇ ਕਿ ਨਹੀਂ ਅਸੀਂ ਨਹੀਂ ਨਸ਼ਾ ਕਰਦੇ। ਤਾਂ ਕਰਕੇ ਅਸੀਂ ਜੇ ਦੇਖੀਏ ਤਾਂ ਇਹ ਜਿਹੜੇ ਨਸ਼ਾ ਹੈਗਾ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਹੈ। ਠੀਕ ਹੈ, ਇਹ ਕਾਫੀ ਮਤਲਬ ਕਿ ਇਹ ਘੱਟ ਨਹੀਂ ਹੋ ਰਿਹਾ, ਸਗੋਂ ਵੱਧ ਹੀ ਰਿਹਾ ਜਿੱਥੋਂ ਤੱਕ ਅਸੀਂ ਦੇਖਿਆ। ਲੇਕਿਨ ਸਰਕਾਰ ਨੂੰ ਇਸ ਚੀਜ਼ ਦੇ ਉੱਤੇ ਐਕਸ਼ਨ ਲੈਣਾ ਚਾਹੀਦਾ, ਸਰਕਾਰ ਲੈ ਵੀ ਰਹੀ ਹੈ ਕਾਫੀ ਚੀਜ਼ਾਂ, ਉਹਨਾਂ ਨੇ ਪਿੱਛੇ ਜਿਹੇ ਵਟਸਐਪ ਨੰਬਰ ਵੀ ਜਾਰੀ ਕੀਤਾ ਹੈ ਅਤੇ ਬਾਕੀ ਹੋਰ ਵੀ ਸਰਕਾਰ ਬਹੁਤ ਸਾਰੇ ਚੀਜ਼ਾਂ ਕਰ ਰਹੀਆਂ। ਲੇਕਿਨ ਇਹ ਲੋਕਾਂ ਦੇ ਆਪਣੇ ਹੱਥ ਦੇ ਵਿੱਚ ਵੀ ਹੈਗਾ ਹੈ ਕਿ ਅਸੀਂ ਕਿਵੇਂ, ਜਿੱਦਾਂ ਕਿ ਮੰਨ ਲਓ ਮੇਰੇ ਸਾਹਮਣੇ ਕੋਈ ਨਸ਼ਾ ਵੇਚ ਰਿਹਾ ਅਤੇ ਮੈਂ ਉਸ ਚੀਜ਼ ਨੂੰ ਨਹੀਂ ਰੋਕ ਸਕਦਾ, ਤਾਂ ਮੈਂ ਕਿਸੇ ਪੁਲਿਸ ਵਾਲੇ ਨੂੰ ਜਾਂ ਕੋਈ ਵੱਡੇ ਅਧਿਕਾਰੀ ਨੂੰ ਦੱਸ ਸਕਦਾ ਕਿ ਇੱਥੇ ਇਹ ਚੀਜ਼ ਹੋ ਰਹੀ ਹੈ, ਤੁਸੀਂ ਇਸ ਨੂੰ ਰੋਕੋ। ਠੀਕ ਹੈ, ਇਹ ਥੋੜ੍ਹਾ ਲੋਕਾਂ ਨੂੰ ਵੀ ਚਾਹੀਦਾ ਕਿ ਇਸ ਚੀਜ਼ ਦੇ ਉੱਤੇ ਐਕਸ਼ਨ ਲਿਆ ਜਾਵੇ। ਪਿੰਡਾਂ ਵਾਲੇ ਕੁਛ ਕਰ ਵੀ ਰਹੇ ਨੇ, ਕੁਛ ਪਿੰਡਾਂ ਦੀ ਔਰਤਾਂ ਵੀ ਅੱਗੇ ਆਈਆਂ ਨੇ, ਕੁਛ ਪਿੰਡ ਵਾਲੇ ਵੀ ਆਏ ਨੇ ਕਿ ਸਾਡੇ ਪਿੰਡ ਦੇ ਵਿੱਚ ਨਸ਼ਾ ਨਹੀਂ ਵਿਕਦਾ। ਉਹ ਕਹਿੰਦੇ ਨੇ ਕਿਉਂਕਿ ਉਹਨਾਂ ਨੇ ਯੂਨਿਟੀ ਕਰ ਲਈ, ਭਾਵੇਂ ਕਿਸੇ ਵੀ ਪਾਰਟੀ ਦੇ ਹੁਣ ਇਕੱਠੇ ਹੋ ਕੇ ਮੰਨ ਲਿਆ ਕਿ ਸਾਡੇ ਪਿੰਡ ਦੇ ਵਿੱਚ ਅਸੀਂ ਵਿਕਣ ਨਹੀਂ ਦੇਣਾ, ਤੇ ਐਵੇਂ ਹੋ ਵੀ ਰਿਹਾ। ਤਾਂ ਪੁਲਿਸ ਵੀ ਹੁਣ ਬਹੁਤ ਸਾਰੀਆਂ ਖਬਰਾਂ ਆ ਰਹੀਆਂ, ਪੁਲਿਸ ਵੀ ਕਾਫੀ ਜਗ੍ਹਾ ਰੇਡ ਕਰ ਰਹੀ ਹੈ, ਹੌਲੀ ਹੌਲੀ ਇਹ ਚੀਜ਼ ਖਤਮ ਹੋਏਗੀ। ਲੇਕਿਨ ਜਿਹੜੇ ਲੋਕ ਹੁਣ ਨਸ਼ੇ ਦੇ ਵਿੱਚ ਲੱਗੇ ਹੋਏ ਨੇ, ਜੇ ਉਹਨਾਂ ਨੂੰ ਨਸ਼ਾ ਨਾ ਮਿਲੇ ਤੇ ਉਹਨਾਂ ਨੂੰ ਤੋੜ ਲੱਗਦੀ ਹੈ, ਤੇ ਉਹਦੇ ਵਾਸਤੇ ਉਹ ਚੋਰੀ ਵੀ ਕਰਦੇ ਨੇ, ਉਹਦੇ ਵਾਸਤੇ ਡਕੈਤੀ ਵੀ ਕਰਦੇ ਨੇ, ਕਿਸੇ ਦਾ ਮਰਡਰ ਵੀ ਕਰ ਦਿੰਦੇ ਨੇ, ਉਹ ਕਿਸੇ ਦੇ ਜਾਨ ਵੀ ਲੈ ਲੈਂਦੇ ਨੇ, ਘਰਾਂ ਦੇ ਵਿੱਚ ਜਾ ਕੇ ਲੋਕ ਖੋਇਆ ਖਾਈ ਵੀ ਕਰਦੇ। ਕਿੰਨੀ ਸੀਸੀਟੀਵੀ ਦੇਖੀਏ ਤੁਸੀਂ ਕਿ ਜਾਂਦੀ ਜਨਾਨੀ ਦੀ, ਕਿਸੇ ਦੀ ਬਾਲੀਆਂ ਲਾਲੀਆਂ, ਕਿਸੇ ਦੀ ਗੱਲ ਦੀ ਚਾਨੀ ਲਾਲੀ, ਉਹ ਇਸੇ ਕਰਕੇ ਕਿਉਂਕਿ ਉਹਨਾਂ ਨੂੰ ਨਸ਼ਾ ਦੀ ਤੋੜ ਲੱਗੀ ਹੁੰਦੀ ਹੈ ਅਤੇ ਨਸ਼ਾ ਬਹੁਤ ਘੱਟ ਮਿਲਦਾ ਜਾਂ ਫਿਰ ਮਹਿੰਗਾ ਮਿਲਦਾ, ਘੱਟ ਹੋਣ ਕਰਕੇ ਹੀ ਮਹਿੰਗਾ ਮਿਲਦਾ ਤਾਂ ਫਿਰ ਉਹ ਚੋਰੀ ਕਰਦੇ ਨੇ। ਤਾਂ ਖੈਰ ਅਸੀਂ ਇਹ
ਦੋ ਗਾਣਿਆਂ ਦੇ ਬਾਰੇ ਅੱਜ ਗੱਲ ਕਰਨੀ ਸੀ, ਕਿਉਂਕਿ ਇਸ ਦੇ ਵਿੱਚ ਉਹ ਗੱਲਾਂ ਨੇ ਜੋ ਕਿ ਲੋਕਾਂ ਨੂੰ ਸੇਧ ਦੇਣ ਵਾਲੀਆਂ ਨੇ। ਆ ਪਹਿਲਾਂ ਤੋਂ ਸਿੱਖ ਸਕਦੇ ਹਾਂ ਕਿ ਜਿਹੜੇ ਵੀ ਇਹੋ ਜਿਹੀਆਂ ਹਾਲਾਤਾਂ ਦੇ ਵਿੱਚ ਵੜ ਜਾਂਦੇ ਨੇ, ਸ਼ੁਰੂਆਤ ਤਾਂ ਇੱਥੋਂ ਹੀ ਹੁੰਦੀ ਹੈ ਕਿ ਅਸੀਂ ਤਾਂ ਸਿਰਫ ਚੈੱਕ ਕਰਕੇ ਦੇਖਣਾ ਸੀ, ਸ਼ੁਰੂਆਤ ਇੱਥੋਂ ਹੀ ਹੁੰਦੀ ਹੈ ਕਿ ਅਸੀਂ ਤਾਂ ਚਲੋ ਯਾਰਾਂ ਦੋਸਤਾਂ 'ਚ ਬੈਠੇ ਸੀ, ਸ਼ੁਰੂਆਤ ਇੱਥੋਂ ਹੀ ਹੁੰਦੀ ਹੈ। ਜਿਹੜਾ ਗਾਣਾ ਅਸੀਂ ਪਹਿਲਾਂ ਡਿਸਕਸ ਕਰ ਸੀ ਉਸ 'ਚ ਹੋਰ ਵੀ ਬਹੁਤ ਸਾਰੀਆਂ ਗੱਲਾਂ ਸੀਗੀ, ਇਕੱਲੇ ਮੋਬਾਈਲ ਨਹੀਂ, ਮੋਬਾਈਲ ਤਾਂ ਤੁਸੀਂ ਕਿਹਾ ਕਿ ਵੱਡੇ ਲੋਕ ਯੂਜ਼ ਕਰਦੇ ਨੇ ਉਹ ਮੋਬਾਈਲ, ਲੇਕਿਨ ਵੱਡੇ ਜਿਹੜੇ ਹੈਗੇ ਨੇ ਜਿੱਦਾਂ ਮਤਲਬ ਕਿ ਕੋਈ ਬਜ਼ੁਰਗ, ਉਹਨਾਂ ਨੇ ਆਪਣੀ ਲਾਈਫ, ਆਪਣੀ ਜੋ ਵੀ ਹੈਗੀ ਉਹ ਖਤਮ ਕਰ ਚੁੱਕੀ ਹੈ, ਤਾਂ ਹੁਣ ਅੱਗੇ ਆ ਗਏ, ਉਹਨਾਂ ਨੂੰ ਕੋਈ ਫਿਊਚਰ ਦੀ ਕੋਈ ਫਿਕਰ ਨਹੀਂ ਹੈ। ਲੇਕਿਨ ਹੁਣ ਜਿਹੜੇ ਬੱਚੇ ਹੈ ਉਹਨਾਂ ਨੂੰ ਹੀ ਸਾਨੂੰ ਮੇਨ ਹਟਾਉਣਾ ਪੈਣਾ ਮੋਬਾਈਲ ਦੇ ਉੱਤੋਂ, ਕਿਉਂਕਿ ਉਹਨਾਂ ਨੇ ਅੱਗੇ ਆਪਣਾ ਫਿਊਚਰ ਦੇਖਣਾ, ਫਿਲਹਾਲ ਹਜੇ ਬੱਚੇ ਨੇ, ਫਿਰ ਜਵਾਨੀ ਆਊਗੀ, ਫਿਰ ਬੁਢਾਪਾ ਆਏਗਾ, ਤਾਂ ਕਰਕੇ ਉਹਨਾਂ ਨੇ ਉਸ ਦੌਰ ਤੋਂ ਨਿਕਲਣਾ। ਅਤੇ ਪੰਜਾਬ ਦੇ ਵਿੱਚ ਜਾਂ ਫਿਰ ਦੁਨੀਆਂ ਦੇ ਵਿੱਚ ਜਿਹੜੀ ਇਕੱਲੀ ਇਕੱਲੀ ਚੀਜ਼ ਹੁੰਦੀ ਹੈ ਉਹ ਗਾਣੇ ਦੇ ਵਿੱਚ ਦੱਸੀ ਹੋਈ ਹੈ। ਔਰ ਇੱਕ ਗਾਣਾ ਪਹਿਲਾਂ ਵੀ ਆਇਆ ਸੀ, ਤੁਹਾਨੂੰ ਮੈਂ ਦੱਸ ਦੇਵਾਂ ਕਿ ਉਸ ਦੇ ਵਿੱਚ ਵੀ ਸਾਰਾ ਕੁਛ ਪਹਿਲਾਂ ਦੱਸਦਾ ਹੋਇਆ ਸੀ, ਉਹ ਗੁਰਦਾਸ ਮਾਨ ਜੀ ਨੇ ਗਾਇਆ ਸੀ ਕੀ ਬਣੋ ਦੁਨੀਆ ਦਾ, ਉਹਦੇ ਵਿੱਚ ਵੀ ਮੋਬਾਈਲ ਦਾ ਬਹੁਤ ਜ਼ਿਆਦਾ ਵੱਡਾ ਜ਼ਿਕਰ ਕੀਤਾ ਸੀ ਕਿ ਜਿਹੜੀ ਇੱਕ ਜਨਾਨੀ ਹੈ ਆਪਣੇ ਮੁੰਡੇ ਨੂੰ ਦੁੱਧ ਪਿਲਾ ਰਹੀ ਹੁੰਦੀ ਹੈ ਅਤੇ ਉਹ ਮੋਬਾਈਲ ਚਲਾ ਰਹੀ ਹੁੰਦੀ ਹੈ, ਉਹਦੇ ਵਿੱਚ ਵੀ ਬਹੁਤ ਵੱਡਾ ਮਤਲਬ ਇਕੱਲੀ ਇਕੱਲੀ ਚੀਜ਼ ਪੰਜਾਬੀ ਦੇ ਵਿੱਚ ਨਸ਼ੇ ਦਾ ਵੀ ਦੱਸਿਆ ਹੋਇਆ ਸੀ, ਤਾਂ ਹੀ ਉਹ ਗਾਣੇ ਦਾ ਨਾਂ ਰੱਖਿਆ ਸੀ ਕੀ ਬਣੋ ਦੁਨੀਆ ਦਾ। ਅਤੇ ਇੱਕ ਹੁਣ ਜਿਹੜੇ ਰੰਧਾਵਾ ਬ੍ਰਦਰਸ ਨੇ ਇਹ ਗਾਣਾ ਕੱਢਿਆ, ਇਹਦੇ ਵਿੱਚ ਪੰਜਾਬ ਦੇ ਵਿੱਚ ਹੋ ਰਹੀਆਂ ਬਹੁਤ ਜਿਹੜੀਆਂ ਇਹੋ ਜਿਹੀਆਂ ਖਬਰਾਂ ਆਉਂਦੀਆਂ ਮਾੜੀਆਂ ਖਬਰਾਂ, ਉਹ ਸਾਰੀਆਂ ਦੱਸੀਆਂ ਕਿ ਕਿਵੇਂ ਲੋਕਾਂ ਦੇ ਘਰ ਖਰਾਬ ਹੋ ਰਹੇ ਨੇ, ਕਿਵੇਂ ਮੁੰਡਾ ਮੁੰਡੇ ਨਾਲ ਵਿਆਹ ਕਰਵਾ ਰਿਹਾ, ਕੁੜੀ ਕੁੜੀ ਨਾਲ ਵਿਆਹ ਕਰਵਾ ਰਹੀ ਹੈ। ਨਾਲੇ ਤੁਸੀਂ ਦੇਖਿਆ ਹੋਣਾ ਕਿ ਪਖੰਡੀ ਬਾਬਿਆਂ ਦੀ ਵੀ ਬਹੁਤ ਸਾਰੀਆਂ ਖਬਰਾਂ ਆਉਂਦੀਆਂ ਰਹਿੰਦੀਆਂ, ਅਤੇ ਇਹਦੇ ਗਾਣੇ ਦੇ ਵਿੱਚ ਇਹਨੇ ਪਖੰਡੀ ਬਾਬੇ ਦੇ ਬਾਰੇ ਵੀ ਦੱਸਿਆ ਕਿ ਲੋਕ ਕਿਵੇਂ ਆਪਣਾ ਘਰ ਬਾਰ ਛੱਡ ਕੇ ਪਖੰਡੀ ਬਾਬਿਆਂ ਦੀ ਤਰਫ ਚੱਲ ਪਾਉਂਦੇ ਨੇ। ਅਤੇ ਇਹ ਵੀ ਚੀਜ਼ਾਂ ਬਹੁਤ ਜ਼ਿਆਦਾ ਚੱਲ ਰਹੀਆਂ ਕਿ ਰੋਜ਼ ਕੋਈ ਨਾ ਕੋਈ ਖਬਰ ਆਉਂਦੀ ਹੈ, ਅਤੇ ਇਸ ਚੀਜ਼ ਨੂੰ ਵੀ ਲੋਕਾਂ ਨੂੰ ਦੇਖ ਕੇ ਠੱਲ ਪਾਉਣੀ ਚਾਹੀਦੀ ਹੈ, ਅਤੇ ਲੋਕਾਂ ਨੂੰ ਇਸ ਗਾਣੇ ਤੋਂ ਸਿੱਖਣਾ ਚਾਹੀਦਾ ਕਿ ਕਿਵੇਂ ਆਪਣੀ ਲਾਈਫ ਨੂੰ ਅਸੀਂ ਸੁਧਾਰ ਸਕਦੇ ਹਾਂ। ਹੋਰ ਬਿਲਕੁਲ, ਹੁਣ ਇੱਕ ਐਡੀ ਵੱਡੀ ਖਬਰ ਆਈ ਸੀ ਜਿੱਥੇ ਇੱਕ ਪਾਸਟਰ ਦੇ ਵੱਲੋਂ ਸਰੇਆਮ ਮੁੰਡੇ ਨੂੰ ਮਾਰਤਾ, ਇਹ ਕਹਿੰਦੇ ਹੋਏ ਕਿ ਅਸੀਂ ਇਹਦੇ ਵਿੱਚੋਂ ਭੂਤ ਕੱਢ ਰਹੇ ਹਾਂ, ਮਾਂ ਦੀ ਅੱਖਾਂ ਦੇ ਸਾਹਮਣੇ ਹੀ ਸਭ ਕੁਛ ਹੋ ਗਿਆ, ਅਤੇ ਉਸ ਤੋਂ ਬਾਅਦ ਹੁਣ ਪਾਸਟਰ ਨੂੰ ਪੁਲਿਸ ਨੇ ਫੜ ਲਿਆ, ਅਤੇ ਬਣਦੀ ਕਾਰਵਾਈ ਹੋਏਗੀ ਉਹਦੇ 'ਤੇ, ਉਹਨੂੰ ਵੀ ਸਜ਼ਾ ਜ਼ਰੂਰ ਮਿਲਣੀ ਹੈ ਜਿਹੜਾ ਕੁਛ ਵੀ ਉਹਨੇ ਕੀਤਾ। ਤਾਂ ਖੈਰ ਇਹ ਖਬਰਾਂ, ਇਹ ਗੱਲਾਂ, ਸਾਰਾ ਕੁਛ ਚੱਲਦੀਆਂ ਰਹਿਣੀਆਂ ਨੇ, ਪਰ ਲੋਕਾਂ ਨੂੰ ਜ਼ਰੂਰਤ ਹੈ ਇਹਨਾਂ ਗੱਲਾਂ ਨੂੰ ਰੋਕਣ ਦੀ, ਜਾਗਰੂਕ ਹੋਣ ਦੀ, ਸੁਚੇਤ ਰਹਿਣ ਦੀ।